ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਅਤੇ ਹਰ ਇੱਕ ਵਿਅਕਤੀ ਆਪਣੀ ਛੋਟੀ ਤੋਂ ਛੋਟੀ ਜਾਂ ਫਿਰ ਵੱਡੀ ਐਕਟੀਵਿਟੀ ਨੂੰ ਤੁਰੰਤ ਰੀਲ ਦੇ ਰੂਪ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਪਰ ਪਾਉਂਦਾ ਹੈ। ਲੇਕਿਨ ਆਮ ਆਦਮੀ ਪਾਰਟੀ ਦੇ ਵਿਧਾਇਕ ਨਾਭਾ ਤੋਂ ਵਿਧਾਇਕ ਦੇਵਮਾਨ ਨੂੰ ਇੱਕ ਰੀਲ ਸੋਸ਼ਲ ਮੀਡੀਆ ਦੇ ਉੱਪਰ ਪਾਉਣੀ ਮਹਿੰਗੀ ਪੈ ਗਈ ਹੈ, ਕਿਉਂਕਿ ਇਸ ਦੇ ਨਾਲ ਉਹ ਮਜ਼ਾਕ ਦਾ ਪਾਤਰ ਬਣ ਗਏ ਨੇ ਅਤੇ ਲਗਾਤਾਰ ਲੋਕ ਉਹਨਾਂ ਨੂੰ ਟ੍ਰੋਲ ਕਰ ਰਹੇ ਨੇ। ਸੋ ਇੱਕ ਖਬਰ ਹੈ ਜਿਹੜੀ ਕਿ ਪੱਤਰਕਾਰ ਧਰਮਿੰਦਰ ਸਿੰਘ ਸਿੰਧੂ ਦੇ ਵੱਲੋਂ ਲਗਾਈ ਗਈ ਅਖਬਾਰ ਦੇ ਵਿੱਚ, ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਚਿੱਟੀ ਪੱਟੀ, ਜਦੋਂ ਕਿ ਸੜਕ ਦੇ ਉੱਪਰ ਚਿੱਟੀ ਪੱਟੀ ਪਾਉਂਦੇ ਹੋਏ ਜੋ ਮਜ਼ਦੂਰ ਨੇ ਉਹਨਾਂ ਦੇ ਨਾਲ ਵੀਡੀਓ ਬਣਾ ਕੇ ਜਿਹੜੀ ਕਿ ਦੇਵਮਾਨ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਉੱਪਰ ਅਕਾਊਂਟ ਵਿੱਚ ਪਾਈ ਗਈ ਸੀ, ਉਸ ਦੇ ਸੰਬੰਧ ਦੇ ਵਿੱਚ ਇਹ ਖਬਰ ਹੈ ਜਿਹੜੀ ਉਹ ਧਰਮਿੰਦਰ ਸਿੰਘ ਸਿੱਧੂ ਦੇ ਵੱਲੋਂ ਲਾਈ ਗਈ, ਜਿਸ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਨਾਭਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਦੇਵਮਾਨ ਵੱਲੋਂ ਨਾਭਾ ਦੀ ਸੜਕ ਦੀ ਸਾਈਡ ਉੱਤੇ ਪਾਈ ਜਾ ਰਹੀ ਚਿੱਟੀ ਪੱਟੀ ਕੋਲ ਖੜ੍ਹ ਕੇ ਪਾਈ ਸੋਸ਼ਲ ਮੀਡੀਆ ਉੱਤੇ ਰੀਲ ਦਾ ਵੱਡੀ ਪੱਧਰ ਉੱਤੇ ਲੋਕਾਂ ਵੱਲੋਂ ਰੱਜ ਕੇ ਮਜ਼ਾਕ ਉਡਾਇਆ ਗਿਆ। ਇਸ ਮੌਕੇ ਜਦੋਂ ਵਿਧਾਇਕ ਵੱਲੋਂ ਇੱਕ ਗੀਤ ਨਾਲ ਜੋੜ ਕੇ ਆਪਣੀ ਵੀਡੀਓ ਨੂੰ ਸੋਸ਼ਲ ਮੀਡੀਆ ਦੇ ਖਾਤੇ ਉੱਤੇ ਲਿਖ ਕੇ ਅਪਲੋਡ ਕੀਤਾ ਗਿਆ ਤਾਂ ਤੁਰੰਤ ਹੀ ਵੱਡੇ ਪੱਧਰ 'ਤੇ ਲੋਕਾਂ ਵੱਲੋਂ ਇਸ ਨੂੰ ਜੰਮ ਕੇ ਭੰਡਿਆ ਗਿਆ। ਇਸ ਵੀਡੀਓ ਵਿੱਚ ਵਿਧਾਇਕ ਪਾਰਟੀ ਦੇ ਕੁਝ ਵਰਕਰਾਂ ਨਾਲ ਨਾਭਾ ਦੀ ਇੱਕ ਸੜਕ ਉੱਤੇ ਪਾਈ ਜਾ ਰਹੀ ਚਿੱਟੀ ਪੱਟੀ ਵਾਲੀ ਮਸ਼ੀਨ ਕੋਲ ਖੜ੍ਹੇ ਨਜ਼ਰ ਆ ਰਹੇ ਨੇ ਅਤੇ ਚੱਲਦੀ ਮਸ਼ੀਨ ਨੂੰ ਵੇਖਣ ਤੋਂ ਬਾਅਦ ਮਸ਼ੀਨ ਚਲਾਉਣ ਵਾਲੇ ਮਜ਼ਦੂਰਾਂ ਨੂੰ ਠੰਡਾ ਪਾਣੀ ਪਿਉਂਦੇ ਨਜ਼ਰ ਆਉਂਦੇ ਨੇ। ਵਿਧਾਇਕ ਵੱਲੋਂ ਸੋਸ਼ਲ ਮੀਡੀਆ 'ਤੇ ਸਾਰੀ ਕਾਰਵਾਈ ਦੀ ਵੀਡੀਓ ਅਪਲੋਡ ਕੀਤੀ ਗਈ ਹੈ। ਜੇਕਰ ਵੀਡੀਓ ਥੱਲੇ ਆਏ ਵੱਖ ਵੱਖ ਕਮੈਂਟਾਂ ਦੀ ਗੱਲ ਕਰੀਏ ਤਾਂ ਲੋਕਾਂ ਵੱਲੋਂ ਕਿਹਾ ਗਿਆ ਕਿ 70 ਸਾਲਾਂ ਵਿੱਚ ਇਹ ਪਹਿਲੀ ਵਾਰ ਹੋਇਆ ਕਿ ਇੱਕ ਵਿਧਾਇਕ ਮਜ਼ਦੂਰਾਂ ਵੱਲੋਂ ਸੜਕ ਉੱਤੇ ਪਾਈ ਜਾ ਰਹੀ ਚਿੱਟੀ ਪੱਟੀ ਪਾਉਣ ਵਾਲੀ ਮਸ਼ੀਨ ਨੂੰ ਝੁੱਕ ਝੁੱਕ ਕੇ ਵਾਰ ਵਾਰ ਕੰਮ ਕਰਦੀ ਨੂੰ ਦੇਖ ਰਿਹਾ ਹੈ, ਜਦੋਂ ਕਿ ਨਾਭਾ ਵਿੱਚ ਖੜ੍ਹਦੇ ਬਰਸਾਤੀ ਪਾਣੀ, ਸੀਵਰੇਜ ਸਿਸਟਮ, ਨਾਭਾ ਸ਼ਹਿਰ ਨੂੰ ਆਉਂਦੀਆਂ ਸੜਕਾਂ ਅਤੇ ਆਵਾਰਾ ਪਸ਼ੂਆਂ ਦੀ ਸਮੱਸਿਆਵਾਂ ਨਾਲ ਝੂਝਦਾ ਨਾਭਾ ਉਹਨਾਂ ਨੂੰ ਦਿਖਾਈ ਨਹੀਂ ਦਿੰਦਾ। ਲੋਕਾਂ ਵੱਲੋਂ ਕਮੈਂਟਾਂ ਵਿੱਚ ਵਿਧਾਇਕ ਦੇਵਮਾਨ ਨੂੰ ਨਾਭਾ ਦੇ ਵੱਲ ਆ ਰਹੀਆਂ ਸੜਕਾਂ ਦੇ ਉੱਪਰ ਜਿਹੜਾ ਸੜਕਾਂ ਦਾ ਹਾਲ ਬਾਰੇ ਦੱਸਿਆ ਗਿਆ ਅਤੇ ਨਾਲ ਹੀ ਕਿਹਾ ਗਿਆ ਕਿ ਚਿੱਟੀ ਪੱਟੀ ਪਾਉਣ ਦੇ ਹੋਰਡਿੰਗ ਲਗਾ ਕੇ ਮਸ਼ਹੂਰੀ ਕਰਵਾਉਣ ਦੀ ਗੱਲ ਵੀ ਆਖੀ ਗਈ ਹੈ। ਵੱਡੀ ਗਿਣਤੀ ਕਮੈਂਟਾਂ ਵਿੱਚ ਵਿਧਾਇਕ ਨੂੰ ਇਹ ਵੀ ਆਖਿਆ ਗਿਆ ਕਿ ਬੇਸ਼ੱਕ 70 ਸਾਲਾਂ ਤੋਂ ਬਾਅਦ ਪੰਜਾਬ ਦੇ ਲੋਕਾਂ ਨੂੰ ਬਦਲਾਅ ਦੀ ਉਮੀਦ ਜਾਗੀ ਸੀ, ਪਰ ਵਿਧਾਇਕ ਵੱਲੋਂ ਨਵੀਂ ਸੜਕ ਦਾ ਨੀਂਹ ਪੱਥਰ ਰੱਖਣ ਦੀ ਬਜਾਏ ਪਹਿਲਾਂ ਪੁਰਾਣੀ ਸੜਕ ਦੇ ਟੋਏ ਭਰਾਉਣ ਦੀ ਵੀਡੀਓ ਅਤੇ ਹੁਣ ਪੱਟੀ ਪਾਉਣ ਦੀ ਵੀਡੀਓ ਪਾ ਕੇ ਹੀ ਲੋਕਾਂ ਨੂੰ ਦਿਖਾਈ ਜਾ ਰਹੀ ਹੈ। ਉਕਤ ਵਿਧਾਇਕ ਇਹੋ ਜਿਹੇ ਕਾਰਜਾਂ ਕਰਕੇ ਪਦਮ ਸ਼੍ਰੀ ਲੈਣ ਦਾ ਹੱਕਦਾਰ ਹੈ। ਇਹ ਦੇਖਣ ਵਾਲਾ ਹੈ ਕਿ ਨਾਭਾ ਦੇ ਵਿਧਾਇਕ ਦੇ ਹੱਕ ਵਿੱਚ ਪਾਰਟੀ ਦੇ ਕਿਸੇ ਵਰਕਰ ਵੱਲੋਂ ਕੋਈ ਕਮੈਂਟ ਨਹੀਂ ਕੀਤਾ ਗਿਆ, ਜਦੋਂ ਕਿ ਦੂਜੇ ਪਾਸੇ ਸੋਸ਼ਲ ਮੀਡੀਆ ਉੱਤੇ ਟ੍ਰੋਲਰਾਂ ਵੱਲੋਂ ਇਸ ਵੀਡੀਓ ਨੂੰ ਵੱਡੇ ਪੱਧਰ 'ਤੇ ਸ਼ੇਅਰ ਕਰਨ ਦੇ ਨਾਲ ਨਾਲ ਵੀਡੀਓ ਦਾ ਰੱਜ ਕੇ ਮਜ਼ਾਕ ਹੈ ਜਿਹੜਾ ਉਡਾਇਆ ਗਿਆ। ਸੋ ਦੱਸ ਦਈਏ ਕਿ ਨਾਭਾ ਦੇ ਆਮ ਆਦਮੀ ਪਾਰਟੀ ਦੇ ਇਹ ਵਿਧਾਇਕ ਹਰਦੇਵ ਸਿੰਘ ਦੇਵਮਾਨ ਲਗਾਤਾਰ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੇ ਨੇ। ਸੋ ਵੱਖ ਵੱਖ ਕੰਮਾਂ ਦੇ ਕਾਰਨ ਉਹ ਚਰਚਾ ਦੇ ਵਿੱਚ ਵੀ ਰਹਿੰਦੇ ਨੇ, ਭਾਵੇਂ ਕਿ ਉਹ ਵਿਧਾਨ ਸਭਾ ਦੇ ਉੱਪਰ ਵਿੱਚ ਸਾਈਕਲ ਦੇ ਉੱਪਰ ਜਾਣਾ ਹੋਵੇ ਜਾਂ ਫਿਰ ਪਾਣੀ ਦੇ ਵਿੱਚ ਖੜ੍ਹ ਕੇ ਜਦੋਂ ਹੜ੍ਹਾਂ ਦੇ ਦੌਰਾਨ ਮਿਰਚਾਂ ਦੀ ਗੱਲ ਕਰਨੀ ਹੋਵੇ ਜਾਂ ਫਿਰ ਵੱਖ ਵੱਖ ਮੁੱਦਿਆਂ ਦੇ ਉੱਪਰ ਕਦੇ ਜਿੰਮ ਦੇ ਵਿੱਚ ਜਾ ਕੇ ਦਿਖਾਈ ਦੇਣਾ। ਸੋ ਸੋਸ਼ਲ ਮੀਡੀਆ ਦੇ ਉੱਪਰ ਲਗਾਤਾਰ ਐਕਟਿਵ ਰਹਿੰਦੇ ਨੇ, ਲੇਕਿਨ ਹੁਣ ਜਿਹੜੀ ਸੋਸ਼ਲ ਮੀਡੀਆ ਦੇ ਉੱਪਰ ਉਹਨਾਂ ਦੇ ਵੱਲੋਂ ਇਹ ਨਵੀਂ ਰੀਲ ਬਣਾ ਕੇ ਪਾਈ ਗਈ ਹੈ ਜਿਸ ਦੇ ਵਿੱਚ ਕਿ ਮਜ਼ਦੂਰ ਸੜਕ ਦੇ ਉੱਪਰ ਚਿੱਟੀ ਪੱਟੀ ਪੌਦੇ ਦਿਖਾਈ ਦੇ ਰਹੇ ਨੇ ਤਾਂ ਦੇਵਮਾਨ ਜਿਹੜੇ ਕਿ ਨਾਭਾ ਦੇ ਵਿਧਾਇਕ ਨੇ ਉਹ ਮਜ਼ਦੂਰਾਂ ਦੇ ਨਾਲ ਨਾਲ ਮਸ਼ੀਨ ਨੂੰ ਕੰਮ ਕਰਦੇ ਹੋਏ ਵਾਰ ਵਾਰ ਝੁੱਕ ਕੇ ਵੀ ਦੇਖਦੇ ਨੇ ਅਤੇ ਬਾਅਦ ਦੇ ਵਿੱਚ ਮਜ਼ਦੂਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਅਤੇ ਉਹਨਾਂ ਨੂੰ ਪਾਣੀ ਪਿਲਾਉਂਦੇ ਵੀ ਦਿਖਾਈ ਦਿੱਤੇ ਨੇ।
ਲੇਕਿਨ ਇਹ ਵੀਡੀਓ ਹੈ ਜਿਹੜੀ ਹੁਣ ਲਗਾਤਾਰ ਵਾਇਰਲ ਹੁੰਦੀ ਜਾ ਰਹੀ ਹੈ, ਲਗਾਤਾਰ ਵਿਧਾਇਕ ਸਾਹਿਬ ਨੂੰ ਟ੍ਰੋਲ ਲੋਕਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਅਤੇ ਵੱਖ ਵੱਖ ਕਮੈਂਟਾਂ ਰਾਹੀਂ ਮਾਨ ਸਰਕਾਰ ਦੇ ਨਾਲ ਨਾਲ ਦੇ ਮਾਨ ਜੋ ਕਿ ਵਿਧਾਇਕ ਨੇ ਹਲਕੇ ਦੇ ਉਹਨਾਂ ਨੇ ਘੇਰਨ ਦੀ ਕੋਸ਼ਿਸ਼ ਕੀਤੀ ਗਈ ਕਿ ਸੜਕਾਂ ਜਿਹੜੀਆਂ ਕਿ ਨਾਭੇ ਨੂੰ ਆਉਂਦੀਆਂ ਨੇ ਉਹਨਾਂ ਦਾ ਬੁਰਾ ਹਾਲ ਹੈ, ਸ਼ਹਿਰ ਦੇ ਵਿੱਚ ਸੀਵਰੇਜ ਸਿਸਟਮ ਦਾ ਬੁਰਾ ਹਾਲ ਹੈ, ਸਫਾਈ ਦਾ ਬੁਰਾ ਹਾਲ ਹੈ, ਲੇਕਿਨ ਜਿਹੜੇ MLA ਸਾਹਿਬ ਨੇ ਉਹ ਸੜਕ ਦੇ ਉੱਪਰ ਪੈਰ ਹੀ ਚਿੱਟੀ ਪੱਟੀ ਨੂੰ ਵੇਖਣ ਦੇ ਵਿੱਚ ਵਿਅਸਤ ਨੇ ਅਤੇ ਉਹਨਾਂ ਦੀਆਂ ਰੀਲਾਂ ਬਣਾ ਬਣਾ ਕੇ ਪਾ ਰਹੇ ਨੇ। ਸੋ ਇਸ ਤਰੀਕੇ ਦੇ ਨਾਲ ਕਮੈਂਟ ਜਿਹੜੇ ਲਗਾਤਾਰ ਨੇ ਇਸ ਵੀਡੀਓ ਦੇ ਉੱਪਰ ਆ ਰਹੇ ਨੇ। ਸੋ ਨਵੀਆਂ ਅਤੇ ਤਾਜ਼ਾ ਜਾਣਕਾਰੀ ਦੇ ਲਈ ਬਣੇ ਰਹੋ ਰੋਜ਼ਾਨਾ ਲੋਕਾਂ ਨਾਲ TV ਦੇ ਨਾਲ।